ਸੋ ਤੁਸੀਂ ਰਿਕੋਲ ਦੀ ਸਾਰਿਆਂ ਦੇ ਚੈਨਲ ਪੰਜਾਬ ਵਾਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ 19 ਜਨਵਰੀ ਰਾਤ ਦੇ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅੱਜ ਦੇਰ ਸ਼ਾਮ ਲਗਭਗ 6-7 ਵਜੇ ਤੋਂ ਬਾਅਦ ਕੱਲ ਸਵੇਰ ਤੱਕ ਕੀ ਹਾਲ ਚੱਲ ਹੋਵੇਗੀ ਪੂਰੀ ਰਾਤ ਸਮੇਂ ਸੋ ਜਿਵੇਂ ਕਿ ਅੱਜ ਸਵੇਰ ਦੀ ਦਿੱਤੀ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਦੁਪਹਿਰ ਦੇ ਆਸ-ਪਾਸ ਤੋਂ ਹਲਕਾ ਫੁਲਕਾ ਮੀਂਹ ਸ਼ੁਰੂ ਹੋਇਆ ਹੈ ਕਿਣ-ਮਣ ਦੇਖਣ ਨੂੰ ਮਿਲਿਆ ਕੁਝ ਇਲਾਕਿਆਂ ਵਿੱਚ ਥੋੜੇ ਜਿਹੇ ਲੰਬੇ ਸਮੇਂ ਲਈ ਵੀ ਹਲਕਾ ਫੁਲਕਾ ਮੀਂਹ ਪਿਆ ਤੇ ਇੱਕ ਦੋ ਭਾਗ ਜਿਹੇ ਵੀ ਨੇ ਜਿੰਨੇ ਵਿੱਚ ਹਲਕੇ ਤੋਂ ਥੋੜਾ ਜ ਸੋ ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਸੀ ਕਿ ਇਹ ਸਿਸਟਮ ਜਿਹੜਾ ਜ਼ਿਆਦਾਤਰ ਹਲਕਾ ਦਰਮਿਆਨਾ ਹੀ ਰਹੇਗਾ ਜਿਸ ਕਰਕੇ ਬੂੰਦਾਬੰਦੀ ਦਾ ਮਾਹੌਲ ਆ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੂਗਾ ਕੋਈ ਜ਼ਿਆਦਾ ਮੀਂਹ ਦੇ ਅਸਰ ਨਹੀਂ ਹੋਣਗੇ ਭਾਵ ਕਿ ਤਕੜਾ ਵੀ ਕਿਸੇ ਇਲਾਕੇ ਵਿੱਚ ਨਹੀਂ ਪਵੇਗਾ ਤੋ ਉਸੇ ਤਰ੍ਹਾਂ ਅੱਜ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਇਸੇ ਤਰ੍ਹਾਂ ਦਾ ਪ੍ਰਭਾਵ ਜਿਹੜਾ ਪੰਜਾਬ ਦੇ ਉੱਪਰ ਬਣਿਆ ਰਹੇਗਾ ਬੂੰਦਾਬੰਦੀ ਹਲਕੀ-ਫੁਲਕੀ ਇਸੇ ਤਰ੍ਹਾਂ ਵੱਖ-ਵੱਖ ਇਲਾਕਿਆਂ ਵਿੱਚ ਜਾਰੀ ਰਹੇਗੀ ਜਿਦੇ ਵਿੱਚ ਮਾਧੇ ਦਾ ਖੇਤਰ ਦੇ ਕਈ ਭਾਗ ਹੋਣਗੇ ਕੁਝ ਦੁਆਬੇ ਦੇ ਕੁਝ ਦੱਖਣ-ਪੱਛਮੀ ਮਾਲਵੇ ਦਾ ਇਲਾਕਾ ਹੋਵੇ ਜਿਵੇਂ ਮਾਨਸਾ ਬਟਿੰਡਾ ਬਰਨਾਲਾ ਹੋਗੇ ਤੇ ਇਸ ਤੋਂ ਇਲਾਵਾ ਕੁਝ ਮੁਗੇ ਜ਼ਿਲ੍ਹੇ ਦੇ ਭਾਗ ਹੋਗੇ ਪਟਿਆਲਾ ਹੋ ਗਿਆ ਨਾਬਾ ਏਰੀਆ ਸੰਗਰੂਰ ਮਲੇਰ ਕੋਟਲਾ ਇਹ ਜੋ ਸਾਰੇ ਇਲਾਕੇ ਪੈਣਦੇ ਲੁਧਿਆਣੇ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਦੇ ਇਲਾਕੇ ਇਨ੍ਹਾਂ ਇਲਾਕਿਆਂ ਵਿੱਚ ਹਲਕਾ-ਫੁਲਕਾ ਮੀਂਹ ਦੇਖ ਤੇ ਅੱਧੀ ਰਾਤ ਤੋਂ ਬਾਅਦ ਇਸ ਸਿਸਟਮ ਦਾ ਪ੍ਰਭਾਵ ਥੋੜਾ ਜਿਹਾ ਘਟ ਜਾਵੇਗਾ ਮੀਂਹ ਦੇ ਹਾਲਾਤ ਜਿਹੜੇ ਹਲਕੇ ਫੁਲਕੇ ਪੈ ਰਹੇ ਨੇ ਇਹ ਵੀ ਥੋੜੇ ਜਿਹਾ ਪਹਿਲਾਂ ਉਹਨਾਂ ਘਟ ਜਾਣਗੇ ਤੜਕੇ ਸਵੇਰ ਸਮੇਂ ਤੱਕ ਜਿਕਰ ਆਪਾਂ ਕਹੀਏ ਤਾਂ ਇਸ ਸਿਸਟਮ ਦਾ ਪ੍ਰਭਾਵ ਲਗਭਗ ਜ਼ਿਆਦਾਤਰ ਅਸਰ ਨਹੀਂ ਹੈ ਕਿ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਤੇ ਰਾਤ ਸਮੇਂ ਹਲਕੀ ਫੁਲਕੀ ਕਹਿਣ ਵਾਲ ਜਿਵੇਂ ਕਿ ਆਪਾਂ ਦੱਸਿਆ ਕਿ ਇਹ ਬਖ ਬਖ ਇਲਾਕਿਆਂ ਵਿੱਚ ਜਾਰੀ ਰਹੇਗੀ ਟਟ ਮੇ ਰੂਬੇ ਵਿੱਚ ਬਖ ਬਖ ਸਮੇਂ ਦੌਰਾਨ ਕੋਈ ਜ਼ਿਆਦਾ ਮੀਂਹ ਦਾ ਅਸਰ ਨਹੀਂ ਹੋਣਗੇ ਤੇ ਨਾ ਹੀ ਕੋਈ ਵੱਡੀ ਹਲਚਲੁਭਗੀ ਗਰਜ ਚਮਕ ਅਜਿਹੇ ਮਸਮਹੌਲ ਲਗਭਗ ਘੱਟ ਹੀ ਦਿ ਹਵਾਵਾਂ ਮ ਹਲਕੀਆਂ ਉੱਤਰ ਪੱਛਮ ਦਿਸ਼ਾ ਤੋਂ ਚੱਲਣਗੀਆਂ ਕੋਈ ਖਾਸ ਤੇਜ਼ ਹਵਾਵਾਂ ਦੇ ਵੀ ਅਸਰ ਨਹੀਂ ਹਨ ਤੇ ਟੈਂਪਰੇਚਰ ਹੋਵੇਗਾ ਜੋ ਉਹ ਲਗਭਗ 7 ਤੋਂ ਲੈ ਕੇ 8 ਜਾਂ 9 ਡਿਗਰੀ ਦੇ ਆਸ-ਪਾਸ ਰਹੇਗਾ ਪਿਛਲੇ ਦਿਨਾਂ ਦੇ ਮੁਕਾਬਲੇ 1 ਤੋਂ 2 ਡਿਗਰੀ ਟੈਂਪਰੇਚਰ ਰਾਤ ਦਾ ਘਟੋ ਘੜ ਜੋ ਦਰਜ ਕੀਤਾ ਗਿਆ ਉਹਦੇ ਵਿੱਚ 1 ਜਾਂ 2 ਡਿਗਰੀ ਦਾ ਵਾਧਾ ਦੇਖਣ ਨੂੰ ਮਿਲੇਗਾ ਯਾਨੀ ਕਿ ਰਾਤ ਦੇ ਠੰਡ ਤੋਂ ਹਲਕੀ ਜਿਹੀ ਰਾਹਤ ਪੰਜਾਬ ਦੇ ਵੀ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲੇਗੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ ਹੋਰ 1 ਤੋਂ 2 ਡਿਗਰੀ ਵਾਧਾ ਹੋਣ ਦੇ ਅਸਰ ਵੱਜ ਰਹੇ ਨੇ